ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਭਾਈ ਲਛਮਣ ਸਿੰਘ ਜੋ ਸਾਕਾ ਸ੍ਰੀ ਨਨਕਾਣਾ ਸਾਹਿਬ 1921 ਦੇ ਵਿੱਚ ਵਾਪਰਿਆ ਸੀਗਾ, ਜਿੱਥੇ ਮਹੰਤ ਨਾਰਾਇਣ ਦਾਸ ਗੁਰੂ ਘਰਾਂ ਦੇ ਵਿੱਚ ਕੁਕਰਮ ਕਰਦਾ ਸੀ, ਉਹਨਾਂ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਵਾਸਤੇ ਸ਼ਹੀਦ ਭਾਈ ਲਛਮਣ ਸਿੰਘ ਨੇ ਆਪਣੇ ਜਥੇ ਸਮੇਤ ਉੱਥੇ ਜਾ ਕੇ ਵੱਡੀ ਕੁਰਬਾਨੀ ਦਿੱਤੀ। ਭਾਈ ਲਛਮਣ ਸਿੰਘ ਜ਼ਿਲ੍ਹਾ ਸ਼ੇਖੂਪੁਰਾ ਚੱਕ ਨੰਬਰ 33 ਧਾਰੋਵਾਲੀ ਤੋਂ ਜਥਾ ਚੱਲ ਕੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ, ਉਹਨੂੰ ਆਜ਼ਾਦ ਕਰਵਾਉਣ ਵਾਸਤੇ ਮਹੰਤਾਂ ਕੋਲੋਂ ਉੱਥੇ ਵੱਡੀ ਕੁਰਬਾਨੀ ਦਿੱਤੀ। 1921 ਦੇ ਵਿੱਚ ਜਿਹੜਾ ਸਾਕਾ ਵਾਪਰਿਆ ਸੀ ਉਹ ਭਾਈ ਲਛਮਣ ਸਿੰਘ ਦੇ ਵੱਲੋਂ ਵਾਪਰਿਆ ਸੀ। ਉਸ ਤੋਂ ਬਾਅਦ ਜਿਹੜਾ 1947 ਦੀ ਵੰਡ ਹੋਈ, ਵੰਡ ਤੋਂ ਬਾਅਦ ਭਾਈ ਲਛਮਣ ਸਿੰਘ ਦਾ ਸਮੇਤ ਪਰਿਵਾਰ, ਮਾਤਾ ਉਹਨਾਂ ਦੀ ਧਰਮ ਪਤਨੀ ਮਾਤਾ ਇੰਦਰ ਕੌਰ ਸਮੇਤ ਉਹਨਾਂ ਦੇ ਭਰਾਤਾ ਸਾਰਾ ਪਰਿਵਾਰ ਜਿਹੜਾ ਵਾ ਉਹ ਇਸ ਹਿੰਦੁਸਤਾਨ ਦੇ ਵਿੱਚ ਪਿੰਡ ਗੁੱਧਰਪੁਰਾ, ਜਿੱਥੇ ਅੱਜ ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੇ 100 ਸਾਲਾ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਨੇ, ਇਹ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਉਸ ਸਥਾਨ 'ਤੇ ਜਿੱਥੇ ਉਹਨਾਂ ਦਾ ਸਾਰਾ ਪਰਿਵਾਰ ਬੈਠਾ ਉੱਥੇ ਵੱਡੀ ਪੱਧਰ ਦੇ ਉੱਤੇ ਸਮਾਗਮ ਕਰਵਾਇਆ ਜਾ ਰਿਹਾ। ਮੈਂ ਭਾਈ ਲਛਮਣ ਸਿੰਘ ਜੀ ਦੇ ਸਾਡਾ ਮੇਰਿਆ ਪੜਦਾਦਾ ਜੀ ਲੱਗਦੇ ਸਨ ਭਾਈ ਲਛਮਣ ਸਿੰਘ, ਅਤੇ ਉਹਨਾਂ ਦੇ ਸਾਰੇ ਪਰਿਵਾਰ ਜਿਹੜਾ ਸੀਗਾ, ਇੱਥੇ 4 ਭਰਾਤਾ 1 ਭੈਣ, ਸਾਰਾ ਪਰਿਵਾਰ ਮਾਤਾ ਇੰਦਰ ਕੌਰ ਸਮੇਤ ਇਸ ਪਿੰਡ ਦੇ ਵਿੱਚ ਵਸਿਆ ਸੀਗਾ। ਜੇ ਇਸਤੇਮਾਲ ਵੇਲੇ ਜਿਨ੍ਹਾਂ ਦੀ ਜ਼ਮੀਨ ਜਿਹੜੀ ਉਹ ਮਾਤਾ ਇੰਦਰ ਕੌਰ ਦੇ ਨਾਂ 'ਤੇ ਇੱਥੇ ਗੁੱਧਰਪੁਰੇ ਦੇ ਵਿੱਚ ਇੱਥੇ ਆਈ, ਅਤੇ ਸਾਰਾ ਪਰਿਵਾਰ ਇੱਥੇ ਗੁੱਧਰਪੁਰੇ ਦੇ ਵਿੱਚ ਵਸਿਆ। ਦੇਖੋ ਜੀ, ਇਹ ਜਿਹੜਾ ਅੱਜ ਸੈਂਟਰ ਸਰਕਾਰ ਨੇ ਕੁਝ ਹੀ ਹਰਕਤ ਕੀਤੀ, ਜਿਹੜੀ ਕੱਲ੍ਹ ਸ਼ਾਮੀ ਸਾਡੇ ਸਿੱਖ ਪੰਥ ਦੇ ਮਹਾਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਪਾਕਿਸਤਾਨ, ਜਿੱਥੇ ਭਾਈ ਲਛਮਣ ਸਿੰਘ ਨੇ ਵੱਡੀ ਕੁਰਬਾਨੀ, 200 ਦੇ ਕਰੀਬ ਸਿੰਘਾਂ ਨੇ ਉੱਥੇ ਕੁਰਬਾਨੀ ਦਿੱਤੀ, ਉਹਨਾਂ ਦੀ ਯਾਦ ਦੇ ਵਿੱਚ ਜਿਹੜਾ 100 ਸਾਲਾ ਸ਼ਤਾਬਦੀ ਸਮਾਗਮ ਉੱਥੇ ਪਾਕਿਸਤਾਨ ਦੀ ਧਰਤੀ 'ਤੇ ਜਿੱਥੇ ਨਨਕਾਣਾ ਸਾਹਿਬ ਵਿਖੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉੱਥੇ ਮਨਾਇਆ ਜਾਣਾ ਸੀਗਾ, ਉੱਥੇ ਪਹੁੰਚਣਾ ਸੀ। ਪਰ ਬੜਾ ਦੁੱਖ ਲੱਗਾ ਜਦੋਂ ਇਸ ਚੀਜ਼ ਦੀ ਖਬਰ ਆਈ ਵੀ ਜਿਹੜਾ ਜਥਾ ਸਾਡੀ ਸਰਕਾਰ ਦੇ ਨਾਂ ਹੈ ਉਹਨੂੰ ਰੋਕ ਦਿੱਤਾ ਗਿਆ। ਇਹ ਸਰਕਾਰ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਇਹਨਾਂ ਸਿੱਖਾਂ ਨੇ, ਇਹ ਕਮਿਊਨਿਟੀ ਨੇ 80% ਕੁਰਬਾਨੀਆਂ ਜਿਹੜੀਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਦਿੱਤੀਆਂ, ਅਤੇ ਜਦੋਂ ਇਹ ਦੇਸ਼ ਆਜ਼ਾਦ ਹੋਇਆ ਉਹ ਤੋਂ ਸਭ ਤੋਂ ਪਹਿਲਾਂ ਇਹ ਜਿਹੜਾ 200 ਸਿੰਘਾਂ ਨੇ ਸ਼ਹੀਦੀ ਪਾਈ ਆ। ਉਸ ਟਾਈਮ ਮਹਾਤਮਾ ਗਾਂਧੀ ਨੇ ਵੀ ਹਾਂ ਦਾ ਨਾਰਾ ਮਾਰਿਆ ਸੀ, ਉਹਨਾਂ ਕਿਹਾ ਸੀਗਾ ਕਿ ਜਿਹੜੀ ਆਜ਼ਾਦੀ ਦੀ ਪਹਿਲੀ ਜੰਗ ਆ ਉਹ ਜਿੱਤ ਲਈ ਗਈ ਆ। ਅਤੇ ਅੱਜ ਇਹ ਜਿਹੜੀ ਸਰਕਾਰ ਆ ਆਪਣੇ ਆਪ ਨੂੰ ਦੇਸ਼ ਹਿਤੈਸੀ ਦੱਸਦੀ ਆ, ਉਹਨਾਂ ਨੇ ਬਹੁਤ ਵੱਡਾ ਮਾੜਾ ਕਰਮ ਕੀਤਾ, ਇਹਨੂੰ ਜਿੰਨੀ ਨਿੰਦਿਆ ਕੀਤੀ ਜਾਵੇ ਉਨੀ ਥੋੜ੍ਹੀ ਹੈ, ਬਹੁਤ ਮਾੜੀ ਗੱਲ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਭਾਈ ਲਛਮਣ ਸਿੰਘ ਜੀ ਧਾਰੋਵਾਲੀ, ਜਿਨ੍ਹਾਂ ਨੇ ਇੱਥੋਂ ਦਸਾ ਸੋਧ ਕੇ ਨਨਕਾਣਾ ਸਾਹਿਬ ਵਿਖੇ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਨੂੰ ਯਾਦ ਕਰਵਾਉਣ ਲਈ ਚਾਲੇ ਪਾਏ ਸਨ, ਉੱਥੇ ਆਪਣੇ ਸਾਥੀਆਂ ਸਮੇਤ ਸ਼ਹੀਦ ਹੋਏ ਸਨ, ਜਿਨ੍ਹਾਂ ਵਿੱਚੋਂ ਕੁਝ ਸਿੰਘਾਂ ਨੂੰ ਕਿਰਪਾਨਾਂ ਨਾਲ, ਕੁਝ ਸਿੰਘਾਂ ਨੂੰ ਜੰਡਾ ਨਾਲ ਬੰਨ੍ਹ ਕੇ ਸਾੜਿਆ ਗਿਆ ਸੀ। ਇਹਨਾਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਮਾਨਯੋਗ ਬੀਬੀ ਜਗੀਰ ਕੌਰ ਵੱਲੋਂ 100 ਸਾਲਾ ਸ਼ਤਾਬਦੀ ਸਮਾਰੋਹ ਮਨਾਇਆ ਜਾ ਰਿਹਾ, ਜਿਨ੍ਹਾਂ ਵਿੱਚ 19 ਨੂੰ ਸ਼੍ਰੀ ਅਖੰਡਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ 21 ਨੂੰ ਭੋਗ ਪੈਣਗੇ। 19 ਨੂੰ ਸੁਖਮਨੀ ਸਾਹਿਬ ਸਭਾ ਸੁਸਾਇਟੀਆਂ ਦੇ ਸਮਾਗਮ ਕੀਤੇ ਜਾ ਰਹੇ ਆ, ਦਸਤਾਰ ਮੁਕਾਬਲੇ ਹੋ ਰਹੇ ਆ। 20 ਨੂੰ ਇਸਤਰੀ ਸਮਾਗਮ ਕੀਤਾ ਜਾ ਰਿਹਾ, ਜਿਨ੍ਹਾਂ ਵਿੱਚ ਪੰਜਾਬ ਭਰ ਤੋਂ ਇਸਤਰੀ ਬੀਬੀਆਂ, ਭੈਣਾਂ, ਮਾਵਾਂ ਭੈਣਾਂ ਸਾਰੀਆਂ ਇੱਥੇ ਆ ਰਹੀਆਂ ਨੇ, ਉਹਨਾਂ ਦਾ ਕੀਰਤਨ, ਢਾਡੀ ਕਵੀਸ਼ਰੀ ਸਮਾਗਮ
20 तरीक नूं कीता जा रहा। 21 तरीक नूं अखंड पाठ साहिब दे भोग उपरंत कीर्तन दरबार, कवि दरबार, ढाडी दरबार होवेगा, जिन्हां विच पंजाब भर तों सिख संगतां वध चढ़ के शामिल हो रही हैं। समूह संगतां नूं बेनती है कि यह महान शहीदी समागम 100 साल शहीदी समागम जिहड़ा आपां अपनी जिंदगी आ रहा है, आपां बड़े कर्मा भागां वाले हैं जिन्हां दी जिंदगी विच अजे समागम आ रहे हैं। समूह संगतां अपने परिवारां समेत इन्हां समागम विच वध चढ़ के भाग लैण, इन्हां शहीदां दी कुरबानी तों सिख्या लैण। वाहिगुरू जी का खालसा, वाहिगुरू जी का फतेह। हाँ जी, इस समागम लई साका ननकाणा साहिब दे शहीदां नूं श्रद्धांजलि देने लई ननकाणा साहिब विखे एक शहीदी समागम मनाउण लई जथा जा रहा सी, जिस नूं ऐन मौके ते सेंटर गौरमेंट दी सरकार वल्लों रोक दिता गया। ये बहुत माड़ी घटना आ, सिखां दे हिंदरे हिरदे वलुंदरे गए ने, सिखां नाल इह धोखा आ, सिखां नूं अपने शहीदां दे समागम मनाउण तों सरकार दी रोकण दी कोशिश आ। इहदी जिन्नी वी निंदिया कीती जावे थोड़ी है। समझो कि एक सिख वास्ते, एक सिख कौम वास्ते इह दिन, इह दिहाड़ा किन्ना इंपोर्टेंट है। सिखां वास्ते इह शहीदी दिहाड़े बहुत अहम ने। इन्हां नूं मनाउण लई सिख सिखां दे हिरदयां विच बड़ा उत्साह सी, पर ऐन मौके ते सरकार ने रोक के सिखां दे मनां नूं भारी ठेस पहुंचाई है। इन्हां दे इस कारे नाल सिखां दे हिरदे वलुंदरे गए ने। इहदी जिन्नी वी निंदिया कीती जावे थोड़ी है।